ਪੰਜ ਬਸ ਜੇ ਨਾਇਗਰਾ ਫਾਲਸ ਦੇਖਿਆ ਨਾ ਤੁਸੀਂ ਉਸ ਤੋਂ ਬਾਅਦ ਤੁਹਾਨੂੰ ਇੰਡੀਆ ਦੇ ਨਾਇਗਰਾ ਫਾਲਸ ਦਿਖਾ ਦੇਣੇ ਅੱਜ ਸਾਨੂੰ ਵੀ ਅਸੀਂ ਪਲਾਨ ਨਹੀਂ ਸੀਗਾ ਉਦਾਂ ਹੀ ਰਾਹ 'ਚ ਮੈਪ 'ਚ ਦੇਖ ਲਿਆ ਵੀ ਜੌਗ ਫਾਲਸ ਕੁਛ ਹੈਗਾ ਸਰਚ ਕੀਤਾ ਤੇ ਲੱਗਾ ਵੀ ਇਹ ਤਾਂ ਵੀ ਦੇਖਣ ਵਾਲੀ ਚੀਜ਼ ਆ ਤੇ ਪਹੁੰਚ ਗਏ ਹਾਂ ਜੀ ਹੋਨਾਵਰ ਆਇਆ ਜੀ ਵਿਊ ਸਾਡਾ ਗੋਕਰਨਾ ਤੋਂ Trying to explain in different languages and emotions. So see, look at the various languages being used. Emotions being pulled out. Actions are being hand actions. Actions. Now they are looking inside as if they are very confused. Yes. So is Mr. so is Mr. Khaira. Gokarna. ਕਿੱਥੇ ਲਿਆ ਆਪਾਂ ਹੁਣ ਆਪਾਂ ਜੀ ਬਸ ਜੇ ਨਾਇਗਰਾ ਫਾਲਸ ਦੇਖੇ ਨਾ ਤੁਸੀਂ ਉਸ ਤੋਂ ਬਾਅਦ ਤੁਹਾਨੂੰ ਇੰਡੀਆ ਦੇ ਨਾਇਗਰਾ ਫਾਲਸ ਦਿਖਾ ਦੇਣੇ ਅੱਜ ਸਾਊਥ ਦੇ ਸਭ ਤੋਂ ਹਾਈਐਸਟ ਇੰਡੀਆ ਦੇ ਸਾਊਥ ਇੰਡੀਆ ਦੇ ਵੀ ਹੈਗੇ ਪਰ ਸਾਊਥ ਇੰਡੀਆ ਦੇ ਤਾਂ ਸਭ ਤੋਂ ਵੱਡੇ ਫਾਲਸ ਉਹ ਵਾਟਰਫਾਲ ਹੈ ਜੀ ਉੱਥੇ ਚੱਲੇ ਹਾਂ ਤੇ ਸਾਨੂੰ ਅਜੇ 2 ਘੰਟੇ ਦਾ ਰਾਹ ਆ ਤੇ ਆ ਜਾਓ ਜਦੋਂ ਅਸੀਂ ਫੋਟੋ ਦੇਖੀ ਅਸੀਂ ਲੱਗਾ ਸਾਨੂੰ ਵੀ ਨਹੀਂ ਜਾਣਾ ਚਾਹੀਦਾ ਜਾਣਾ ਭਾਵੇਂ ਆਊਟ ਆਫ ਦ ਵੇ ਆ ਆ ਪਿੰਡ ਦਾ ਛੱਪੜ ਵੀ ਦੇਖ ਪਰ ਅਸੀਂ ਜਾਣਾ ਜ਼ਰੂਰ ਹੈ ਜੀ ਉਸ ਤੋਂ ਬਾਅਦ ਹੋਨਾਵਰ ਤੋਂ ਗੋਆ ਨਹੀਂ ਨਹੀਂ ਗੋਆ ਨਹੀਂ ਗੋਕਰਨਾ ਛੱਡਦੇ ਨਹੀਂ ਕੁਛ ਨਿਕਲੇ ਇੱਕ ਇੱਕ ਚੀਜ਼ ਦੇਖ ਦੇਖ ਕੇ ਜਾਈ ਜਾਣਾ ਤੇ ਅੱਜ ਬੈਂਗਲੌਰ ਤੋਂ ਅਸੀਂ ਰੈਲੀ ਵਿੱਚ ਰੁਕ ਜਾ ਲਓ ਜੀ ਰਾਜ ਸਾਨੂੰ ਕਾਂਗਰਸ ਦੀ ਰੈਲੀ ਮਿਲ ਗਈ ਆ ਤੇ ਉਮੀਦਵਾਰ ਲੱਗਦਾ ਤੇ ਰਾਜ ਫਸ ਗਏ ਆ ਫਾਲਸ ਕਿੰਨਾ ਬੜਾ ਅੰਦਰ ਆ ਗਿਆ ਤੇ ਹੁਣ ਅਸੀਂ ਉਧਰ ਫੌਜ ਆ ਉਧਰ ਦੇਖਣ ਚੱਲੇ ਨਿਕਲੇ ਆ ਸੜਕਾਂ ਤੇ ਲੱਭੀ ਜਾਂਦੇ ਸਾਨੂੰ ਵੀ ਅਸੀਂ ਪਲਾਨ ਨਹੀਂ ਸੀਗਾ ਉਦਾਂ ਹੀ ਰਾਹ 'ਚ ਮੈਪ 'ਚ ਦੇਖ ਲਿਆ ਵੀ ਜੌਗ ਫਾਲਸ ਕੁਛ ਹੈਗਾ ਸਰਚ ਕੀਤਾ ਤੇ ਲੱਗਾ ਵੀ ਇਹ ਤਾਂ ਵੀ ਦੇਖਣ ਵਾਲੀ ਚੀਜ਼ ਆ ਤੇ ਹੁਣ ਅਸੀਂ ਇੱਧਰ ਤੁਰ ਪਏ ਇਧਰੋਂ ਵੀ ਦੇਖਦਾ ਨਾ ਫਿਰ ਉਧਰੋਂ ਇਧਰ ਸੇ ਵੀ ਗਿਰਤਾ ਹਾਂ ਰੇਨੀ ਸੇ ਦੇ ਪੂਰਾ ਗਿਰੇਗਾ ਇਸ ਇਜ਼ ਨੈਚੁਰਲ ਵਾਟਰ ਗਮ ਚੋੜੇ ਦਾ ਤੋ ਪੂਰਾ ਭਰ ਜਾਤਾ ਅੰਨਾ ਹਾਂ ਇਸ ਇਜ਼ ਨੈਚੁਰਲ ਵਾਟਰ ਆਜੋ ਆਜੋ ਸੋਹਣੇ ਲੱਗਦੇ ਉਹ ਦੇਖਿਆ ਜੀ ਹਜੇ 50% ਆ ਹਜੇ ਮੀਂਹ ਨਹੀਂ ਪਿਆ ਨਹੀਂ ਤਾਂ ਬਹੁਤ ਜ਼ਿਆਦਾ ਇਹਦਾ ਡਬਲ ਖੁੱਲ ਜਾਂਦਾ ਪੁਆਇੰਟ ਇਹਦਾ ਸਾਰੇ ਤੋਂ ਡਿਗਦਾ ਫਿਰ ਦਿਸ ਇਜ਼ ਨੈਚੁਰਲ ਵਾਟਰ ਆਰਾ ਜੌਗ ਫਾਲ ਵਰਲਡ ਫੇਮਸ ਲੈ ਕੇ ਬੈਠੋ ਅੰਨਾ ਮੇਰੀ ਮਾਂ ਕਿਹੜਾ ਵੀ ਲੱਗਾ ਰਿਹਾ ਇੱਥੇ ਸਾਲ ਪਿੰਡੀ ਦੇ ਵਾਟ ਦਾ ਲਗਾਣ ਦਾ ਪ੍ਰੀਮੀਅਮ ਦੇ ਦੇ ਲੈਣ ਅੰਨਾ ਵਾਟਰਮੈਲਨ ਵੈਰੀ ਗੁੱਡ ਆਹ ਦਾ ਵਾਟਰਮੈਲਨ ਅੰਨਾ ਬੈਕ ਵਾਟਰ ਆਏ ਆ ਜੀ ਬੋਟਿੰਗ ਕਰਨ ਇਹਨਾਂ ਨੇ ਇੱਥੋਂ ਮੈਨਗਰੂਵ ਛੋਟੇ ਫੋਰੈਸਟ ਦੇ ਵਿੱਚ ਲੈ ਜਾਣਾ ਹੈ ਘੰਟੇ 2 ਘੰਟੇ ਦੀ ਰਾਈਡ ਹੋਊਗੀ ਤੇ ਪਹੁੰਚ ਗਏ ਆ ਜੀ ਹੋਨਾਵਰ ਹੋਨਾਵਰ ਹੈਗੇ ਜੀ ਇਸ ਟਾਈਮ ਕੀ ਨਾਮ ਹੈ ਨਾਮ ਕਿਆ ਹੈ ਗਣਪਤੀ ਬੱਪਾ ਮਾਰਿਆ Thank you.
ਲੋਟਸ ਟੈਂਪਾ ਹੀ ਖਾਂਦੇ ਹੁੰਨੇ ਆਪਾਂ 5 ਸਟਾਰਾਂ ਤੇ ਅੱਛਾ ਫਲਾਵਰ ਲਵ ਯੂ ਵੀ ਲਵ ਯੂ ਟੂ ਵੀ ਲਵ ਯੂ ਟੂ ਸਵੇਰੇ 10 ਵਜੇ ਕੋ ਫਲਾਵਰ ਅੱਛਾ ਮਿਡਨਾਈਟ ਓਕੇ ਫਲਾਵਰ ਗੋਟ ਇਟ ਓ ਓ ਓਕੇ ਡੋਂਟ ਵੈਰੀ ਬਿਊਟੀਫੁਲ ਉਹ ਸ਼ਨੀਵਾਰ ਬਾਨਵਾਰ ਫੁੱਲ ਪ੍ਰੀਵੇਟਿੰਗ ਅੱਛਾ ਓਕੇ ਉਹ ਨੈਕਸਟ ਕੋ ਕੇਰਲ ਸਪੋਟ ਨੈਕਸਟ ਕੇਰਲ ਸਪੋਟ ਵਾ ਪਾਈਨ ਹਾਂ ਚਲੋ ਲੈਟਸ ਗੋ ਰੋਕਨਾ ਇੱਥੋਂ 2 ਘੰਟੇ ਅੱਪ ਗੋਆ ਤੋਂ ਥੱਲੇ ਅਤੇ ਜਗ੍ਹਾ ਤੁਹਾਨੂੰ ਉਹ ਜਾ ਕੇ ਜਗ੍ਹਾ ਦਿਖਾਵਾਂਗੇ ਹਨੇਰਾ ਤਾਂ ਹੋ ਜਾਣਾ ਸਾਨੂੰ ਜਾ ਕੇ ਪਰ ਦੇਖਦੇ ਕੀ ਬਣਦਾ ਆਇਆ ਜੀ ਵਿਊ ਸਾਡਾ ਗੋਕਰਨਾ ਤੋਂ ਅਸੀਂ ਰੁਕੇ ਇੱਥੇ ਹੋਏ ਹਾਂ ਜੀ ਆਹ ਜਗ੍ਹਾ ਆ ਅਤੇ ਇੱਥੋਂ ਆ ਵਿਊ ਸਾਡਾ ਮਤਲਬ 4th ਦਿਨ ਹੈ ਜੀ ਇਸ ਤੋਂ ਬਾਅਦ ਅਸੀਂ ਅੱਜ ਸ਼ਾਮ ਨੂੰ ਚੱਲ ਜਾਣਾ ਜੀ ਗੋਆ ਰਾਈ ਬੜਾ ਜ਼ਬਰਦਸਤ ਬਣਾਇਆ ਕਹਿੰਦੇ ਵਧੀਆ ਇੱਥੇ ਫੂਡ ਜਿੱਥੇ ਅਸੀਂ ਰਹਿੰਦੇ ਪਏ ਸੀ ਉਹਨਾਂ ਨੇ ਰਿਕਮੈਂਡ ਕੀਤਾ ਦੇਖ ਜਾਣੇ ਨਹੀਂ ਅਸੀਂ ਅਲੱਗ ਅਲੱਗ ਲੋਕਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਰਿਕਮੈਂਡ ਕੀਤਾ ਵੀ ਆਹ ਜਗ੍ਹਾ ਇੱਥੇ ਖਾਓ ਆਪਾਂ ਆ ਜੀ ਜਗ੍ਹਾ ਅਸੀਂ ਬ੍ਰੰਚ ਕਰਨ ਨੂੰ ਰੁਕੇ ਹੋਏ ਹਾਂ ਅਤੇ ਬੜਾ ਸੋਹਣਾ ਸੀ ਸਾਈਡ ਅਤੇ ਸੋਹਣੀ ਹਵਾ ਚੱਲਦੀ ਹੋਈ ਮੁੰਡੇ ਬੈਠੇ ਆ ਰਿਲੈਕਸ ਮੋਡ ਹੋ ਰਿਹਾ ਅਤੇ ਬੀਚ ਉੱਥੇ ਖਾਲੀ ਆ ਵਧੀਆ ਪੀਸਫੁੱਲ ਅਸੀਂ ਹੈਗੇ ਆ ਜੀ ਗੋਆ 'ਚ ਅਤੇ ਅਸੀਂ ਜਾ ਰਹੇ ਹਾਂ ਨੌਰਥ ਗੋਆ ਕਰੰਟਲੀ ਨੌਰਥ ਗੋਆ ਜਾ ਰਹੇ ਹਾਂ ਅਤੇ ਆਹ ਸ਼ਹਿਰ ਆਇਆ ਮਾਰਗਾਓ ਵੈਰੀ ਬਿਊਟੀਫੁਲ ਬੜਾ ਸੋਹਣਾ ਸ਼ਹਿਰ ਪੁਰਾਣਾ ਸਟਾਈਲ ਦਾ ਸਾਰਾ ਟੋਟਲੀ ਇਹਦਾ ਲੱਗਦਾ ਕਿ ਤਾਂ ਗੋਰਿਆਂ ਦਾ ਬਣਿਆ ਸ਼ਹਿਰ ਹੋਵੇ ਇਹਨਾਂ ਨੇ ਸੜਕਾਂ ਵੀ ਨਹੀਂ ਹਜੇ ਚੌੜੀਆਂ ਕੀਤੀਆਂ ਅਤੇ ਸੇਮ ਸਟਰਕਚਰ ਸਾਰਾ ਕੁਛ ਉੱਦਾਂ ਹੀ ਰੱਖਿਆ ਜੀ ਪਰ ਰਹਿੰਦਾ ਹੀ ਘੰਟਾ ਰਹਿੰਦਾ ਅਤੇ ਤੁਹਾਨੂੰ ਹੁਣ ਵਲੌਗ ਦੇ ਵਿੱਚ ਤੁਹਾਨੂੰ ਗੋਆ ਦਿਖਾਵਾਂਗੇ ਇੱਥੇ ਹੈਗੇ ਆ ਜੀ ਦੋ ਦਿਨ ਅਸੀਂ ਹੈਗੇ ਹਾਂ ਜੀ ਅਤੇ ਤੁਹਾਨੂੰ ਦਿਖਾਉਂਦੇ ਗੋਆ ਗੋਆ ਦੇ ਬਾਘਾ ਬੀਚ 'ਤੇ ਪਹੁੰਚੇ ਹਾਂ ਜੀ ਰੌਣਕ ਮੇਲਾ ਉੱਥੇ ਖਾਣ ਚੱਲੇ ਸਾਹਮਣੇ ਬਰੀਟੋਸ ਡਿਨਰ ਉੱਥੇ ਹੋਊਗਾ ਫਿਰ ਅਸੀਂ ਜਗ੍ਹਾ ਲੱਭਾਂਗੇ ਵੀ ਰਹਿਣਾ ਕਿੱਥੇ ਆ ਪਹਿਲਾਂ ਖਾ ਪੀ ਲਈਏ ਫਿਰ ਦੇਖਦੇ ਜੀ